ਨਹੀਂ ਪੁੱਛਦਾ ਕਰ ਦਿਓ ਜੀ। ਲਓ ਸੰਦੀਪ ਤੋਤੇ ਵਾਲਾ ਕਹਿੰਦੇ ਪਾਉਂਦਾ ਹੋਇਆ ਕਬੱਡੀ ਮੇਰੇ ਵੀਰੋ। ਗੁਰੀ ਪੀਜੇ ਵਾਲਾ ਦਾ ਧੰਨਵਾਦ ਹੈ, ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਣ ਪੁੱਜਦੇ ਕਰਦੇ ਗਿਆ ਸਾਡਾ ਵੀਰ ਤੋਤੇ ਵਾਲਾ ਸੰਦੀਪ। ਲਓ ਮੁਕਾਬਲਾ ਕਹਿੰਦੇ ਉਧਰ ਹੋ ਚੁੱਕਿਆ ਰਵੀ ਦੇ ਨਾਲ ਤੇ ਸਫਲਤਾ ਧਾਤੀ ਦੇ ਕਦਮ ਚੁੰਮਦੀ ਹੋਈ। ਜਗਪਾਲ ਧੌਲੇ ਵਾਲਾ ਕਹਿੰਦੇ ਇਸ ਵੇਲੇ ਰੇਡ ਪਾ ਰਿਹਾ ਮੇਰੇ ਵੀਰੋ। ਨੌਜਵਾਨ ਦਾ ਕਹਿੰਦੇ ਖੱਬਾ ਹੱਥ ਕੱਟਿਆ ਹੋਇਆ, ਨੌਜਵਾਨ ਨੇ ਮੈਚ ਖੇਡਣ ਜਾਣਾ ਸੀ ਤੇ ਕਹਿੰਦੇ ਮੇਰੇ ਵੀਰੋ ਪਿੰਡ ਵਾਲੇ ਨੂੰ ਕਹਿੰਦਾ ਵੀ ਖੜ ਜਾਓ ਪਹਿਲਾਂ ਟੋਕਾ ਕਰ ਦੇਵਾਂ ਫੇਰ ਚੱਲਦੇ ਆ ਤੇ ਮਸ਼ੀਨ ਵਿੱਚ ਕਹਿੰਦੇ ਹੱਥ ਆ ਗਿਆ ਤੇ ਹੱਥ ਕੱਟਿਆ ਗਿਆ। ਪਰ ਕਬੱਡੀ ਕਹਿੰਦੇ ਚੋਟੀ ਦੀ ਖੇਡਦਾ ਜਗਪਾਲ ਧੌਲੇ ਵਾਲਾ। ਹਾਂਜੀ ਕਬੱਡੀ ਕਮੈਂਟੇਟਰ ਸੁਰਜੀਤ ਕਕਰਾਲੀ ਜੀ ਜਿੱਥੇ ਸਾਡੀ ਆਵਾਜ਼ ਨੂੰ ਸੁਣਦੇ ਨੇ ਬੇਨਤੀ ਹੈ ਵੀ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣਾ। ਅਗਲੇ ਮੈਚ ਆ ਜਾਣਗੇ ਜੀ ਅਗਲੇ ਚ। ਠੀਕ ਹੈ ਜੀ, ਠੀਕ ਹੈ ਜੀ, ਓਕੇ ਜੀ, ਓਕੇ। ਲਓ ਜਾਂਟਾ ਮੌੜ ਨਾਭੇ ਵਾਲਾ ਕਹਿੰਦੇ ਇਸ ਵੇਲੇ ਕਬੱਡੀ ਪਾ ਕੇ ਪਾਣ ਲੈ ਕੇ ਵਾਪਸ ਆਉਂਦਾ ਹੋਇਆ ਯਾਦਵਿੰਦਰ ਚੰਡਿਆਲਾ ਜੀ। ਹਾਂਜੀ ਸਾਰਾ ਕੁਝ ਪਤਾ ਜੀ ਸਾਨੂੰ ਵੀ ਕਿੱਦਾਂ ਸੈਟਲਮੈਂਟ ਕਰਨੀ ਹੈ। ਠੀਕ ਹੈ ਜੀ, ਬਿਲਕੁਲ, ਠੀਕ ਹੈ ਜੀ। ਹਾਂਜੀ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ, ਓਕੇ ਜੀ। ਲਓ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਨੌਜਵਾਨ ਗੱਭਰੂ ਕਿਰਨੀ ਦਾ ਕਹਿੰਦੇ ਭਾਈ ਰੂਪਾ ਪਿੰਡ ਹੈ, ਭਾਈ ਰੂਪਾ ਪਿੰਡ ਕਬੱਡੀ ਦੇ ਸਟਾਰਾਂ ਦਾ ਪਿੰਡ। ਇੱਕ ਪਾਸੇ ਨੌਜਵਾਨ ਕਹਿੰਦੇ ਅੰਬੂ ਘੱਲਾਂ ਵਾਲਾ ਹੈ, ਪਰ ਸਾਹਮਣੇ ਸੋਨੇ ਦੇ ਨਾਲ ਮੁਕਾਬਲਾ ਹੋ ਚੁੱਕਿਆ ਹੈ ਤੇ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੋਈ। ਪਾਣੀ ਪੁੱਜਦਾ ਕਰ ਦਿਓ ਜੀ, ਬੇਨਤੀ ਹੈ ਪਾਣੀ। ਜੌਲੀ ਕਲੀਅਰ ਵੀ ਪੁੱਜਿਆ ਖੰਨੇ ਤੋਂ, ਬਹੁਤ ਬਹੁਤ ਧੰਨਵਾਦ ਹੈ ਸਾਡੇ ਬਾਈ ਦਾ, ਜੌਲੀ ਕਲੀਅਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਲਓ ਜੋਧਾ ਚੰਦਲਾਂ ਵਾਲਾ ਕਹਿੰਦੇ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਮੇਰੇ ਵੀਰੋ, ਜੋਧੇ ਚੰਦਲਾਂ ਵਾਲ ਦੀ ਕਬੱਡੀ ਤੇ ਹੁਣ ਚੌਹਾਂ ਜਾਫੀਆਂ ਵਿੱਚੋਂ ਕਹਿੰਦੇ ਇਸ ਵੇਲੇ ਮੁਕਾਬਲਾ ਹੋ ਚੁੱਕਿਆ ਇਸ ਗੱਭਰੂ ਦੇ ਨਾਲ ਮੇਰੇ ਵੀਰੋ। ਧੌਲਾ ਪਿੰਡ ਕਹਿੰਦੇ ਭੀਰੂ ਦਾ, ਧੌਲੇ ਵਾਲਾ ਸੱਤਾ ਕਹਿੰਦੇ ਆਪਣੇ ਸਮੇਂ ਦਾ ਮਹਾਨ ਖਿਡਾਰੀ ਰਿਹਾ ਕਬੱਡੀ ਦੇ ਮੇਰੇ ਵੀਰੋ, ਪ੍ਰਸਿੱਧ ਖਿਡਾਰੀਆਂ ਦਾ ਨਗਰ ਹੈ। ਲਓ ਜਗਪਾਲ ਦੀ ਕਬੱਡੀ ਤੇ ਓਮ ਗੱਲ ਕਰੂ ਸਾਡਾ ਵੀਰ। ਲਓ ਜਗਪਾਲ ਧੌਲੇ ਵਾਲਾ ਮੇਰੇ ਵੀਰਿਓ ਸਟਾਰ ਹੈ ਕਬੱਡੀ ਦਾ, ਚੁਸਤੀ ਆ ਪੱਬਾਂ ਦੇ ਵਿੱਚ, ਜਿਵੇਂ ਪੱਬਾਂ ਦੇ ਛੋਲੇ ਮੰਨੇ ਗਏ ਕਬੱਡੀ ਦੇ। ਸਿਧਵਾਂ ਦਾ ਜੱਸਾ, ਮੋਲਕ ਦਾ ਗੁਲਜ਼ਾਰੀ, ਮੰਡੀਆਂ ਦਾ ਗੁਰਮੀਤ ਕਹਿੰਦੇ, ਸਰਾਵਾਂ ਦਾ ਸੁਖਵੀਰ, ਮੋਲਕ ਦਾ ਗੁਲਜ਼ਾਰੀ, ਇਹ ਪੱਬਾਂ ਦੇ ਛੋਲੇ ਮੰਨੇ ਗਏ ਹੈ। ਲਓ ਇਹਦੇ ਪਾਸੇ ਸੰਦੀਪ ਦੋਦੇ ਵਾਲਾ, ਇੱਕ ਲੱਲੀਆਂ ਦਾ ਸੰਦੀਪ, ਇੱਕ ਸੰਦੀਪ ਕਹਿੰਦੇ ਕੌਂਕਿਆਂ ਦਾ ਮਸ਼ਹੂਰ, ਇੱਕ ਸੰਦੀਪ ਨੰਗਲੱਬੀਆਂ ਦਾ, ਸੰਦੀਪ ਲੁੱਧਰ ਨੂੰ ਕਹਿੰਦੇ ਦੁਨੀਆ ਜਾਣਦੀ ਹੈ, ਇੱਕ ਵਿਦੇਸ਼ਾਂ ਵਾਲਾ ਸੰਦੀਪ, ਇੱਕ ਸੰਦੀਪ ਮੇਰੇ ਵੀਰੇ ਮਸ਼ਹੂਰ ਹੋਇਆ ਹਕੀਮਪੁਰ ਦਾ, ਸੰਦੀਪ ਨਾਮ ਨੂੰ ਕਹਿੰਦੇ ਬਖਸ਼ ਮੰਨੀ ਗਈ ਹੈ ਖੇਡ ਕਬੱਡੀ ਦੇ ਵਿੱਚ। ਲਓ ਸਾਹਮਣੇ ਪੈਂਦੀ ਹੋਈ ਕਬੱਡੀ ਦੇ ਉੱਤੇ ਕੀਤੀ ਹੋਈ ਟਰਾਈ ਨੌਜਵਾਨ ਦੀ, ਪਰ ਇਹ ਪੁਆਇੰਟ ਆਪਾਂ ਵੇਖਦੇ ਹਾਂ ਇਸ ਵੇਲੇ ਮੈਦਾਨ ਦੇ ਵਿੱਚ ਘੱਲ ਕਲਾਂ ਦੀ ਟੀਮ ਦੇ ਹਿੱਸੇ ਜੁੜੇ ਹੈ। ਲਓ ਭਾਈ ਰੂਪੇ ਪਿੰਡ ਵਾਲਾ ਕਹਿੰਦੇ ਕਿਰਨੀ ਕਬੱਡੀ ਪਾਉਣ ਦੀ ਤਿਆਰ ਹੈ, ਕਿਰਨੀ ਨੇ ਕਹਿੰਦੇ ਬਜਨੀ ਕਬੱਡੀ ਵੀ ਬੜੀ ਤਕੜੀ ਖੇਡੀ ਤੇ ਅੱਜ ਕੱਲ੍ਹ ਨਾਮ ਹੈ ਕਹਿੰਦੇ ਜੜਦਾ ਦੁਨੀਆ ਭਰ ਦੇ ਸੁਪਰ ਸਟਾਰਾਂ ਦੇ ਵਿੱਚ। ਘੱਲਾਂ ਵਾਲਾ ਅੰਬੂ ਜਿੰਨੇ ਜਫੇ ਲਾਓ ਹਰਮਨ ਬਗਲੀ ਵਾਲੇ ਵੱਲੋਂ ਵੱਡੇ ਮਾਣ ਹੋਣਗੇ ਮੇਰੇ ਵੀਰੋ। ਪਰ ਸਾਹਮਣੇ ਵੇਖੋ ਕਿਰਨੀ ਕੋਡੀ ਪਾ ਕੇ ਤੇ ਪਾਣ ਲੈ ਕੇ ਵਾਪਸ ਆਉਂਦਾ ਹੋਇਆ। ਡਾਕਟਰ ਗਿੰਦੀ ਕੁੱਲੇ ਵਾਲ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆ ਮੇਨ ਸਟੇਜ ਤੇ ਆ ਰਹੇ ਹਨ। ਡਾਕਟਰ ਗਿੰਦੀ ਕੁੱਲੇ ਵਾਲ ਦੀਪੇ ਸਰਪੰਚ ਦਾ ਮੇਲਾ ਹੈ, ਦੀਪੇ ਸਰਪੰਚ ਦੀਆਂ ਕਹਿੰਦੇ ਯਾਰੀਆਂ ਖੱਟੀਆਂ ਮੇਰੇ ਵੀਰੋ। ਉਹਗਾ ਸਮਾਜ ਸੇਵਕ ਦੀਪਾ ਸਰਪੰਚ ਕੁੱਲੇ ਵਾਲੀ ਹੈ, ਗੁਰਾ ਸੇ ਬਾਰਾ ਸੇ ਵਿਚੇ ਤੌਰ ਤੇ ਪੁੱਜੇ ਹੋਏ ਨੇ ਸਾਡੇ ਵੀਰ, ਉਹਨਾਂ ਦਾ ਵੀ ਧੰਨਵਾਦ ਹੈ। ਅਗਲੇ ਮੁਕਾਬਲੇ ਦੀਆਂ ਦੋਨੋਂ ਟੀਮਾਂ ਡਾਲਾ ਵਰਸ ਜੇ ਕਲਸੀਆਂ। ਲਓ ਜਗਪਾਲ ਧੌਲੇ ਵਾਲਾ ਇਸ ਵੇਲੇ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ, ਔਰ ਦੂਸਰੇ ਪਾਸੇ ਆਪਾਂ ਵੇਖਦੇ ਹਾਂ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਲੱਖਾ ਇਸ ਵੇਲੇ ਲਾ ਕੇ ਤਕੜਾ ਜੱਫਾ, ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ। ਅਗਲੀ ਕਬੱਡੀ ਕਹਿੰਦੇ ਫਿਰ ਮੈਦਾਨ ਦੇ ਵਿੱਚ ਆਪਾਂ ਵੇਖਾਂਗੇ। ਬੇਨਤੀ ਆ ਪਾਣੀ ਜਿਹੜਾ ਗਰਾਊਂਡ ਵਿੱਚ ਪੂਦਾ ਕੀਤਾ ਜਾਵੇ ਜੀ, ਪਾਣੀ ਦੀ ਸਮਾਪਤੀ ਹੈ, ਖਿਡਾਰੀਆਂ ਵਾਸਤੇ ਪਾਣੀ ਜਲਦੀ ਨਾਲ ਗਰਾਊਂਡ ਦੇ ਵਿੱਚ ਪੂਦਾ ਕੀਤਾ ਜਾਵੇ ਬਾਈ ਜੀ। ਬੇਨਤੀ ਦੂਜੇ ਸੈਮੀ ਫਾਈਨਲ ਦੀਆਂ ਟੀਮਾਂ ਕਲਸੀਆਂ ਵਰਸੇ ਡਾਲਾ, ਦੋਨੋਂ ਟੀਮਾਂ ਜਲਦੀ ਗਰਾਊਂਡ ਵਿੱਚ ਆਉਣ, ਕਲਸੀਆਂ ਵਰਸੇ ਡਾਲਾ। ਉਧਰ ਮੇਰੀ ਜ਼ਿੰਦਗੀ ਦਾ ਯਾਰ ਹੈਪੀ ਜਰਗੜੀ ਵਾਲਾ ਵੀ ਕਹਿੰਦੇ ਚੇਚੇ ਤੌਰ ਤੇ ਪੁਜਾਇਆ ਸਾਡਾ ਭਰਾ, ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਮੈਂ ਵੀ ਅੰਬੂ ਲਾ ਕੇ ਨਾ ਜੱਫਾ ਗੱਭਰੂਆ ਤੇ ਵੱਡੇ ਮਾਣ ਹੋਣਗੇ। ਇਹ ਹੈ ਕਹਿੰਦੇ ਘੱਲਾਂ ਵਾਲਾ ਮੰਗਲ ਕਿ ਖਾਧੇ ਨੇ ਬਦਾਮ ਜੀ ਨੇ ਮੰਗਲਾ, ਉਸੇ ਨੇ ਹੀ ਗੋਡੀਆਂ ਲਵਾਉਣੀਆਂ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ, ਖਾਧੀ ਵੀ ਖੁਰਾਕ ਕਹਿੰਦੇ ਕੰਮ ਆਉਂਦੀ ਹੈ ਮੇਰੇ ਵੀਰੋ। ਗੁਰੇ ਸੇਹ ਵਾਲੇ ਵੱਲੋਂ ਬਾਰੇ ਸੇਹ ਵਾਲੇ ਵੱਲੋਂ ਵੱਡੇ ਸਨਮਾਨ ਹੋਣਗੇ ਜੇ ਰਾਮ ਚੀਮੇ ਯੋਧਪੁਰ ਵਾਲਾ ਕਾਕਾ ਜੱਫਾ ਲਾਊ। ਆਹ ਕਹਿੰਦੇ ਕਾਕਾ ਚੀਮਿਆਂ ਵਾਲਾ, ਜਦੋਂ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਪਹਿਲੀ ਵਾਰ ਕਹਿੰਦੇ ਲੋਧੀ ਕੱਪ ਹੋਇਆ
नौजवान कहते बेस्ट जहा फिर उसे कप का यह आ कहते नौजवान जिमें जोधपुर की धरती का काका मेरे वीरो फौजी वर्गों की गल वक्री है प्रगट होनी उस पिंड बड़े मशहूर है नौजवान जगपाल धौलेवाल की कबड्डी है धौलेवाल जगपाल पॉइंट लेके वापस आता हो बाले की टीम ग्राउंड के नेड़े पहुंच जाए जल्दी के नाल परसज कलसिया लाओ जनता इस वेले कहते मौर नाभे वाल एक जनता कहते भादले का मशहूर होया खेड कबड्डी के पर इतने पासे कहते मौर नाभे वाले जनते की कबड्डी से हुण देखा आप बहुत ही सोहनी ट्राई है लाओ की हुई ट्राई कहते गबरू की परे पॉइंट जनता मौर नाभे वाला फिर अपनी टीम के हिस्से के जोड़ता होया किरमदीप स्वीटी कहते भाई रूपे वाला कहने भी आजाद कबड्डी क्लब लिए खेडिया कनेडा दे विच 70 किलो भार दे लई पहले साल जो कहते मठड्या वाले दारे के लिए कोट वाले साबी के लिए सिरे दी कबड्डिया पाईया सिर नौजवान ने डीएवी कॉलेज जलंधर के लिए भी कहते लंबा समा खेडिया नौजवान सिरे दी कबड्डिया पाने वाला ला वेखो सामने चुस्ती ते फुरती का खिडारी है ला वेखांगे की फैसला ये पॉइंट इस वेले कहते किरनी ने अपनी टीम के हिस्से जोड़िया है बेनती है पहले सैमीफाइनल मैच दिया दोनों टीम दूजे सैमीफाइनल मैच दिया दोनों टीम डाला ते कलसिया जल्दी दे नाल ग्राउंड के बारले पासे पहुंच जान दविंदर सिंह जी लक्की क्लेरो टाला मेजर सिंह जी गहलेवाल गुरासे बारासे जिन्हों वालों नोटा की वर्खा की जा रही है बहुत बहुत धन्यवाद है साढ़े सत्कारयोग वीर जिहड़े अज नोटा मां मीह बना रहे हैं गुरदीप सिंह दीपा सरपंच कुलेवाल मुबारक दें लख लख मेरे इस खेड मेले दर जिन्होंने वादे कर ले भी अगले साल इस तो वे वाला जोड़ा खेड मेला करवाया जाऊगा ला जगपाल धौलेवाल मेरी वीरियो ला भी कल करा वाले अंबू कर दो दो हथ नौजवान पर सामने कहते भी ये पंड जगपाल धौलेवाल अपनी टीम के हिस्से जोड़ता होया ला संदीप दोदे वाला मैदान कहते फिर अगली कबड्डी पाने के लिए वध्या होया उधर चार कहते मावा ने बली पुतों के हूं वेखा भी कौन कौन वाला उधर सरदार जगजीवन सिंह जी खीर नहीं आना का विशेष तौर पर धन्यवाद जिन्होंने वालों वीड्डी हाजरी है अज के इस खेड मेले के उत्ते लो संदीप दोदे वाला मेरे वीरू दोदे वाला संदीप बड़ा स्पीडी खिलाड़ी पॉइंट लेके वापस आता हो कलां की टीम मेरे वीरू फाइनल पहुंच चुकी है एक बड़े माण वाली गल है कलां वाले ने अज कहते सराई किया पहले मैच के हुण तक मेरे वीरो बड़े टफ मुकाबले जिहड़े लगदे आए कलां वालियां दे सुखवीर मानकी जी तुहाडी बुलाई हुई टीम है कल कलां दी टीम सुखवीर मानकी वाले ने कहिंदे सदे उत्ते पुजे है जेते तौर ते बहुत बहुत धन्नवाद है साडे वीरां दा।